ਮੈਂ ਤਾਂ ਜਿਹੜੇ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਆ ਉਹਨਾਂ ਨੂੰ ਮੰਗ ਕਰਦਾ ਕਿ ਇੱਕ ਸੀਨੀਅਰ ਵਕੀਲ ਹੋਣ ਦੇ ਨਾਤੇ ਉਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ, ਉਹਨਾਂ ਨੂੰ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਕੈਂਸਲ ਹੋਣੀ ਚਾਹੀਦੀ। ਪਹਿਲਾਂ ਕਹਿੰਦੇ ਸੀ ਜੇ ਆਮ ਆਦਮੀ ਪਾਰਟੀ ਕਾਂਗਰਸ ਨਾਲ ਸਮਝੌਤਾ ਕਰ ਗਈ ਮੈਂ ਤਾਂ ਭੱਜ ਦੇਣਾ, ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਦਿੱਲੀ ਦੇ ਵਿੱਚ ਤਾਂ ਦੋਨਾਂ ਦੀ ਇਕੱਠੀ ਸਰਕਾਰ ਵੀ ਚੱਲੀ ਸੀ ਅਤੇ ਹੁਣ ਸੁਪਨੇ ਲੈਣ ਲੱਗੇ ਹੁਣ ਪਾਰਲੀਮੈਂਟ ਦੇ ਕਿ ਮੈਂ ਇੱਥੇ ਸ਼ਹਾਦਤ ਦਾ ਆਪਣਾ ਸਬੂਤ ਦਿਆਂ ਕਿ ਦੇਖੋ ਮੈਂ ਕਿੱਡੇ ਵੱਡੇ ਮੁੱਦੇ ਦੇ ਉੱਤੇ ਸ਼ਹਾਦਤ ਦਿੱਤੀ। ਜੇ ਉਹਦੇ ਵਿੱਚ ਕੋਈ ਗਲਤ ਸੀ ਤਾਂ ਹੁਣ ਮੰਤਰੀ ਕੀ ਕਹਿ ਰਿਹਾ, ਮੰਤਰੀ ਤਾਂ ਭੱਜ ਰਹੇ ਆ, ਕਹਿੰਦੇ ਜੀ ਕਿਵੇਂ ਕੇਸ ਦਰਜ ਕਰੀਏ, ਕੇਸ ਬਣਦਾ ਨਹੀਂ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਪ੍ਰਕਾਸ਼ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਨਾਮਜ਼ਦ ਕਰਨ ਦੀ ਮੰਗ 'ਤੇ HS ਫੂਲਕਾ ਲਗਾਤਾਰ ਸਰਗਰਮ ਨੇ ਅਤੇ ਉਹਨਾਂ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਜੇਕਰ 15 ਦਿਨਾਂ ਦੇ ਵਿੱਚ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ ਤਾਂ ਉਹ ਆਪਣਾ ਅਸਤੀਫਾ ਦੇਣਗੇ। HS ਫੂਲਕਾ ਦੀ ਇਸ ਧਮਕੀ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ HS ਫੂਲਕਾ ਅਤੇ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ ਗਿਆ। ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ HS ਫੂਲਕਾ 'ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ HS ਫੂਲਕਾ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਅਤੇ ਉਹਨਾਂ ਨੂੰ ਅਜਿਹੀਆਂ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ। ਅਜਿਹੀ ਧਮਕੀ ਦੇ ਕੇ ਉਹਨਾਂ ਨੇ ਕਾਨੂੰਨ ਨੂੰ ਹੱਥ ਵਿੱਚ ਲਿਆ। ਦਲਜੀਤ ਸਿੰਘ ਚੀਮਾ ਇੱਥੋਂ ਤੱਕ ਕਹਿ ਗਏ ਕਿ ਉਹ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਤੋਂ ਮੰਗ ਕਰਦੇ ਨੇ ਕਿ HS ਫੂਲਕਾ ਦਾ ਲਾਇਸੈਂਸ ਰੱਦ ਕੀਤਾ ਜਾਵੇ। ਮੈਨੂੰ ਹੈਰਾਨੀ ਹੁੰਦੀ ਹੈ ਕਿ ਫੂਲਕਾ ਸਾਹਿਬ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਆ ਔਰ ਧਮਕੀ ਦੇ ਕੇ ਕਹਿ ਰਹੇ ਕਿ ਜੇ 15 ਦਿਨਾਂ 'ਚ ਕੇਸ ਦਰਜ ਨਾ ਹੋਇਆ ਤਾਂ ਜਾਂ ਤਾਂ ਮੰਤਰੀ ਅਸਤੀਫਾ ਦੇਣ ਨਹੀਂ ਤਾਂ ਮੈਂ ਅਸਤੀਫਾ ਦੇ ਦੂੰ। ਪਹਿਲਾਂ ਤਾਂ ਮੈਂ ਉਹਨੂੰ ਪੁੱਛਣਾ ਚਾਹੁੰਦਾ ਨਾ ਕਿ ਤੁਸੀਂ ਸਾਰਾ ਢਿੱਲ ਲਾੜਿਆ ਦੋਵਾਂ ਪਾਰਟੀਆਂ ਨੇ ਰਲ ਕੇ ਘਿਓ ਖਿਚੜੀ ਹੋ ਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚੋਂ ਜਾਂ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਦੇ ਵਿੱਚੋਂ ਇੱਕ ਵੀ ਅੱਖਰ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਤੁਹਾਨੂੰ ਲੱਭਿਆ ਤਾਂ ਪਹਿਲਾਂ ਤਾਂ ਉਹ ਦੱਸੋ ਕਿ ਕਿਹੜਾ ਅੱਖਰ ਲੱਭਿਆ। ਅਤੇ ਇੱਕ ਵਕੀਲ ਹੋਣ ਦੇ ਨਾਤੇ ਜਦੋਂ ਲੱਭਿਆ ਕੱਖ ਨਹੀਂ ਅਤੇ ਐਡਾ ਦੀ ਧਮਕੀ ਦੇ ਕੇ ਤੁਸੀਂ ਕਾਨੂੰਨ ਦਾ ਅਪਮਾਨ ਕਰ ਰਹੇ ਹੋ, ਤੁਸੀਂ ਜੁਡੀਸ਼ੀਅਲ ਪ੍ਰੋਸੈਸ ਜਿਹੜੀ ਹੈ ਉਹਨੂੰ ਸਬਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਤਾਂ ਜਿਹੜੀ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਆ ਉਹਨਾਂ ਨੂੰ ਮੰਗ ਕਰਦਾ ਕਿ ਇੱਕ ਸੀਨੀਅਰ ਵਕੀਲ ਹੋਣ ਦੇ ਨਾਤੇ ਉਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ, ਉਹਨਾਂ ਨੂੰ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਕੈਂਸਲ ਹੋਣੀ ਚਾਹੀਦੀ। ਇਸ ਤਰ੍ਹਾਂ ਇਨਸਾਫ ਸਾਡਾ ਕੰਮ ਕਰਦਾ ਦੇਸ਼ ਦਾ? ਤੁਸੀਂ ਇਸ ਤਰ੍ਹਾਂ ਬੰਦੇ ਕਿਸੇ 'ਤੇ ਕੇਸ ਦਰਜ ਕਰਾਉਣਾ ਚਾਹੁੰਦੇ ਹੋ ਕਿ ਮੈਂ MLA ਹਾਂ ਮੈਂ ਧਮਕੀ ਦੇਣਾ ਅਤੇ ਤੁਸੀਂ ਕੇਸ ਦਰਜ ਕਰੋ? ਦੂਜੀ ਗੱਲ ਹੈ ਕਿ 3 ਕਾਂਗਰਸ ਦੇ ਲੀਡਰਾਂ ਨੇ ਇਹਦੇ ਵਿੱਚ ਆਪਣੇ ਜਿਹੜੇ ਆ ਉਹ ਰਿਐਕਸ਼ਨ ਦਿੱਤੇ ਨਿਊਜ਼ ਦੇ ਵਿੱਚ। ਇੱਕ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੂੰ ਪੁੱਛਿਆ ਗਿਆ ਕਿ ਫੂਲਕੇ ਦੀ ਇਹ ਧਮਕੀ ਹੈ ਤੁਸੀਂ ਕੀ ਕਹੋਗੇ? ਉਹ ਕਹਿੰਦੇ ਜੀ ਅਸੀਂ ਕਿੱਦਾਂ ਐਕਸ਼ਨ ਲੈ ਸਕਦੇ ਹਾਂ, ਇਸ ਤਰ੍ਹਾਂ ਕੋਈ ਸਿਸਟਮ ਹੁੰਦਾ, ਇੱਦਾਂ ਐਕਸ਼ਨ ਲਿਆ ਨਹੀਂ ਜਾ ਸਕਦਾ, ਪਹਿਲਾਂ ਜਾਂਚ ਹੋਊਗੀ। ਉਸ ਤੋਂ ਬਾਅਦ ਸੁੱਖੀ ਰੰਧਾਵੇ ਨੂੰ ਪੁੱਛਿਆ, ਉਹ ਕਹਿੰਦਾ ਜੀ ਇੱਦਾਂ ਅਸੀਂ ਕੋਈ ਉੱਥੇ ਕੇਸ ਦਰਜ ਕਰ ਦਿਆਂਗੇ ਤਾਂ ਕੋਰਟ 'ਚ ਚਲੇ ਜਾਣਗੇ, ਕੋਰਟ ਨੂੰ ਰੱਦ ਕਰ ਦੂਗੀ। ਫਿਰ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ, ਤਿੰਨਾਂ ਨੂੰ, ਉਹ ਵੀ ਕਹਿੰਦੇ ਜੀ ਕਿ ਇਸ ਤਰ੍ਹਾਂ ਐਕਸ਼ਨ ਲਿਆ ਨਹੀਂ ਜਾ ਸਕਦਾ ਕਿਉਂਕਿ ਹਾਲੇ ਤਾਂ ਇੱਕ ਟੈਲੀਫੋਨ ਹੀ ਕਿਹਾ, ਗੱਲ ਕੀ ਹੋਈ ਕੋਈ ਕਹਿ ਨਹੀਂ ਸਕਦੇ। ਅਤੇ ਮੈਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਪੁੱਛਦਾ, ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਵੀ ਆਹ ਤਾਂ ਮੰਨੀ ਜਾਂਦੇ ਹੋ ਵੀ ਕੱਖ ਨਹੀਂ ਕੀਤਾ ਜਾਏਗਾ, ਜਿਹੜਾ ਸਾਰਾ ਦਿਨ ਤੁਸੀਂ ਉੱਧਰ ਕੂੜ ਤੋਲਿਆ ਵਿਧਾਨ ਸਭਾ ਦੇ ਵਿੱਚ ਉਹਦੇ ਵਾਸਤੇ ਜ਼ਿੰਮੇਵਾਰ ਕੌਣ? ਇਹ ਤਾਂ ਸਾਰੀ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਖੜ੍ਹੇ ਹੋ ਕੇ ਸਮੇਤ ਮਾਫ਼ੀ ਮੰਗਣੀ ਚਾਹੀਦੀ ਪੰਜਾਬ ਦੇ ਲੋਕਾਂ ਕੋਲੋਂ ਕਿ ਅਸੀਂ ਪਵਿੱਤਰ ਸਦਨ ਦੇ ਵਿੱਚ ਐਡਾ ਵੱਡਾ ਝੂਠ ਬੋਲਿਆ। ਫੂਲਕਾ ਸਾਹਿਬ ਤਾਂ ਐਂ ਸੋਚਦੇ ਵੀ ਇਹ ਪੰਜਾਬ ਵਿਧਾਨ ਸਭਾ ਨਹੀਂ, ਇਹ ਸੂਬੇ ਦੀ ਕਚਹਿਰੀ ਹੈ ਕਿ ਜਿੱਥੇ ਜਿਹੜਾ ਮਰਜ਼ੀ ਦੋਸ਼ ਲਾ ਕੇ ਜਿੱਡੀ ਮਰਜ਼ੀ ਵੱਡੀ ਸਜ਼ਾ ਦੇ ਦਿਓ। ਇਹ ਦੇਸ਼ ਦਾ ਸੰਵਿਧਾਨ ਹੈ ਸਾਡਾ, ਪਵਿੱਤਰ ਸਾਡਾ ਸਦਨ ਹੈ, ਉੱਥੇ ਇਹੋ ਜਿਹੇ ਮੈਂਬਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਕਿ ਜੇ ਹੁਣ ਤੁਹਾਡਾ ਝੂਠ ਕਾਮਯਾਬ ਨਹੀਂ ਹੋ ਸਕਿਆ ਤਾਂ ਤੁਸੀਂ ਫਰਸਟ੍ਰੇਸ਼ਨ ਦੇ ਨਾਲ ਇਹ ਕਹੋ ਕਿ ਮੈਂ ਅਸਤੀਫੇ ਦੇ ਦਿਆਂਗਾ। ਮੈਂ ਸਮਝਦਾ ਬੜੀ ਸ਼ਰਮਨਾਕ ਗੱਲ ਹੈ, ਇੱਕ ਪੜ੍ਹੇ ਲਿਖੇ ਸੀਨੀਅਰ ਵਕੀਲ ਹੋਣ ਦੇ ਨਾਤੇ ਇਸ ਤਰ੍ਹਾਂ ਦਾ ਬਿਆਨ ਦੇਣਾ ਬਹੁਤ ਹੀ ਘਟੀਆ ਮਾਨਸਿਕਤਾ ਦਾ ਪ੍ਰਗਟਾ। ਇੱਥੇ ਹੀ ਬਸ ਨਹੀਂ, ਦਲਜੀਤ ਸਿੰਘ ਚੀਮਾ ਵੱਲੋਂ ਕਾਂਗਰਸ 'ਤੇ ਵੀ ਨਿਸ਼ਾਨੇ ਸਾਧੇ ਗਏ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਗੱਲ ਤਾਂ ਕਰ ਦਿੱਤੀ ਗਈ ਪਰ ਹੁਣ ਉਹਨਾਂ ਤੋਂ ਕੁਝ ਵੀ ਸਾਬਿਤ ਨਹੀਂ ਹੋ ਪਾ ਰਿਹਾ। ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਦਾ ਵੀ ਤੁਹਾਡੀ ਜਾਣਕਾਰੀ ਕਿੰਨੀ ਕੁ ਹੈ ਇਹਦੇ ਬਾਰੇ 'ਚ? ਮੀਡੀਆ ਨੂੰ ਵੀ ਮੈਂ ਪੁੱਛਣਾ ਚਾਹੁੰਦਾ ਵੀ ਕਿੰਨੀ ਕੁ ਜਾਣਕਾਰੀ ਹੈ। ਉਸ ਵੇਲੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਸੀ ਜਿਹਨੂੰ ਹੁਣ ਇੰਦਰਾ ਜੀ ਕਹਿ ਕੇ ਕੈਪਟਨ ਸਾਹਿਬ ਸੰਬੋਧਨ ਕਰਦੇ? ਇਸ ਕਰਕੇ ਸਾਰੀ ਉਮਰ ਜਿਹੜੀ ਹੈ ਕਾਂਗਰਸ ਦੀ ਥਾਲੀ 'ਚ ਖਾਧਾ,
ਉਹੀ ਵਫ਼ਾਦਾਰੀ ਹੁਣ ਪਾਲਣ ਦੀ ਕੋਸ਼ਿਸ਼ ਨਾ ਕਰਨ ਜਿਹੜੀ ਸੱਚਾਈ ਸਾਰੀ ਦੁਨੀਆ ਨੂੰ ਪਤਾ ਵੀ ਕਾਂਗਰਸ ਨੇ ਕੀਤਾ ਇੰਦਰਾ ਗਾਂਧੀ ਨੇ ਕਰਵਾਇਆ ਘੱਟੋ ਘੱਟ ਉਹਦਾ ਬਲੇਮ ਤਾਂ ਬਾਦਲ ਸਾਹਿਬ ਤੋਂ ਨਾ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਪਰ ਵੇਖਣ ਵਾਲੀ ਗੱਲ ਤਾਂ ਇਹੀ ਹੋਏਗੀ ਕਿ 15 ਦਿਨ ਦੇ ਬਾਅਦ ਕੀ ਕਾਂਗਰਸ ਪ੍ਰਕਾਸ਼ ਸਿੰਘ ਬਾਦਲ ਅਤੇ ਸੁਮੇਧ ਸੈਣੀ 'ਤੇ ਕੋਈ ਐਕਸ਼ਨ ਲੈਂਦੀ ਹੈ ਜਾਂ ਨਹੀਂ ਦਲਜੀਤ ਸਿੰਘ ਚੀਮਾ ਦੇ ਇਸ ਬਿਆਨ ਦਾ ਅਸਰ ਹੈ ਕਾਂਗਰਸ ਅਤੇ HS ਫੂਲਕਾ 'ਤੇ ਕਿੰਨਾ ਕੁ ਪੈਂਦਾ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਏਗਾ ਹਾਲਾਂਕਿ HS ਫੂਲਕਾ ਐਲਾਨ ਕਰ ਚੁੱਕੇ ਨੇ ਕਿ ਉਹ ਗੁਰੂ ਦੇ ਸਿੱਖ ਨੇ ਅਤੇ ਉਹਨਾਂ ਨੇ ਅਰਦਾਸ ਕਰਕੇ ਕਦਮ ਚੁੱਕਿਆ ਜਿਸ ਲਈ ਉਹ ਪਿੱਛੇ ਨਹੀਂ ਹਟਣਗੇ ਹੁਣ ਸਵਾਲ ਇਹ ਵੀ ਪੈਦਾ ਹੁੰਦੇ ਨੇ ਕਿ ਇੱਕ ਵਿਧਾਇਕ ਵੱਲੋਂ ਜੇਕਰ ਕਿਸੇ ਮੁੱਦੇ ਨੂੰ ਲੈ ਕੇ ਐਕਸ਼ਨ ਨਾ ਲਏ ਜਾਣ 'ਤੇ ਅਸਤੀਫੇ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਕਿ ਇਹ ਗੱਲ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਹੈ ਜਾਂ ਫਿਰ ਚੀਮਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੇ ਲਈ ਅਤੇ HS ਫੂਲਕਾ 'ਤੇ ਦਬਾਅ ਬਣਾਉਣ ਦੇ ਲਈ ਕਰ ਰਹੇ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਬੁੱਧ ਸਿੰਘ ਰਾਣਾ ਪੰਜਾਬੀ ਲੋਕ ਚੈਨਲ